ਨਾਂ ਹਰਸ਼ ਜੀ, ਮੈਂ ਵਾਰਡ ਨੰਬਰ 9 ਚ ਰਹਿਣ ਵਾਲਾ। ਤੇ ਸਾਡੇ ਪਾਣੀ ਦੀ ਤਾਂ ਬਹੁਤ ਜ਼ਿਆਦਾ ਦਿੱਕਤ ਹੈ। ਸਾਡੇ ਗਲੀਆਂ 'ਚ ਉਂਝ ਪਾਣੀ ਖੜਾ ਜਾਂਦਾ, ਤੁਹਾਡੇ ਸਾਹਮਣੇ ਅੱਧਾ ਘੰਟਾ ਮੀਂਹ ਨਹੀਂ ਪਿਆ ਤੇ ਸਾਡੇ ਘਰ 'ਚ ਪਾਣੀ ਵੜ ਗਿਆ ਵਿਆ। ਦਾਦੀ ਮੇਰੀ ਬੈਠੇ 'ਚੋਂ ਪਾਣੀ ਕੱਢਣ ਦੀ, ਆਪਦੇ ਕਮਰੇ 'ਚੋਂ ਇੱਧਰ ਆਪ ਕਮਰੇ ਪਾਣੀ ਵੜ ਗਿਆ। ਸਾਡੇ ਹੁਣ ਇੱਕ ਘੰਟਾ ਲੱਗੂ ਪਾਣੀ ਨਿਕਲਣ 'ਚ। ਜਦੋਂ ਘੱਟ ਹੋ ਗਿਆ ਅਸੀਂ ਬਾਲਟੀਆਂ ਨਾਲ ਭਰ ਭਰ ਕੇ ਪਾਣੀ ਕੱਢਣਾ। ਅਤੇ ਇੱਥੇ ਤਰੱਕੀ ਕਾਹਦੀ ਹੈ? ਅਸੀਂ ਤਾਂ ਮਾਨ ਸਰਕਾਰ ਨੂੰ ਵੋਟਾਂ ਪਾਈਆਂ ਕਿ ਤਰੱਕੀ ਹੋਊਗੀ, ਨੌਕਰੀਆਂ ਮਿਲਣ ਲੱਗੀਆਂ, ਨਾ ਨੌਕਰੀਆਂ ਹੈਗੀਆਂ ਨਾ ਤਰੱਕੀ ਹੈਗੀ ਹੈ। ਤਰੱਕੀ ਤਾਂ ਹੋਣੀ ਕੀ ਹੈ, ਸਗੋਂ ਅਸੀਂ ਬੇੜਾ ਬਹਿ ਗਿਆ ਵਾ ਸਾਡਾ ਤਾਂ। ਅਸੀਂ ਤਾਂ ਬਾਹਲੀ ਦਿੱਕਤ ਵਿੱਚ ਹਾਂ। ਕੀ ਮੰਗ ਕਰਦੇ? ਹਾਂਜੀ, ਮੰਗ ਕੀ ਕਰਦੇ? ਮਾਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਚੀਵਰੇ ਪਵਾਉਣ, ਗਲੀਆਂ ਉੱਚੀਆਂ ਕਰਾਉਣ। ਅਸੀਂ ਤਾਂ ਬਾਹਲੇ ਔਖੇ ਹੋਏ ਪਏ ਹਾਂ ਜੀ, ਹੋਰ ਅਸੀਂ ਕੀ ਦੱਸੀਏ ਜੀ। ਤੁਸੀਂ ਆਪ ਹੀ ਵੇਖ ਲਓ ਕਿ ਹੁਣ ਤਾਂ ਥੋੜ੍ਹਾ ਜਿਹਾ ਮੀਂਹ ਪਿਆ ਹੈ ਅਤੇ ਮੀਂਹ ਤੋਂ ਬਿਨਾਂ ਵੀ ਇੱਥੇ ਇਹੀ ਹਾਲ ਰਹਿੰਦੇ ਆ। ਅਤੇ ਜੇ ਕਿਸੇ ਮੋਤਬਾਰ ਨੂੰ ਕਹਿੰਦੇ ਆ, ਉਹ ਵੀ ਬਸ ਬਈ ਘੱਟਾ ਝਾੜਨ ਵਾਲੇ ਹੀ ਕੰਮ ਕਰਦਾ ਹੈ। ਅਤੇ ਨਰੇਸ਼ ਕਟਾਰੀਓ ਕੋਲੇ ਗਏ ਹਾਂ, ਕੋਈ ਸੁਣਵਾਈ ਨਹੀਂ ਹੋਈ ਇੱਥੋਂ ਦੀ। ਕੀ ਮੰਗ ਕਰਦੇ ਸਰਕਾਰ ਕੋਲ? ਅਸੀਂ ਤਾਂ ਇਹੀ ਮੰਗ ਕਰਦੇ ਕਿ ਆਹ ਜਿਹੜੀ ਨਰਕ ਭਰੀ ਜ਼ਿੰਦਗੀ ਜੀਣ ਦਾ ਨਾ, ਇਹਦੇ ਤੋਂ ਛੁਟਕਾਰਾ ਦਵਾਓ। ਕਿ ਬਹੁਤ ਇੱਥੇ ਗੰਦ ਆ, ਸਾਨੂੰ ਚੱਤੇ ਘੜੀਆਂ ਇੱਥੇ ਗੰਦ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ। ਕਈ ਵਾਰੀ ਤਾਂ ਸੋਚ ਕੇ ਹੀ ਬਹਿ ਜਾਈਦਾ ਕਿ ਬਾਹਰ ਕੀ ਜਾਣਾ, ਰਹਿਣ ਹੀ ਦਿਓ ਇੰਨੇ ਨਰਕ ਚੋਂ ਲੰਘਣ ਨਾਲੋਂ। ਕਿੰਨੀ ਬਿਮਾਰੀਆਂ ਦਾ ਖਤਰਾ ਬਣਿਆ ਹੋਇਆ। ਪਾਣੀ ਬਹੁਤ ਨਿਕਲਦਾ ਨੀਗਾ, ਬਾਹਰ ਨੂੰ ਨਹੀਂ ਨਿਕਲਦਾ। ਸਾਡੇ ਤੇ ਨਿਕਾਸ ਹੀ ਨੀ ਬਣਦਾ ਕਿ ਪਾਸੇ ਵੀ ਕੇ ਖਾਲੇ ਖੁਲੇ ਕੇ ਕੱਢੋ ਪਾਣੀ। ਅਸੀਂ ਤਾਂ ਵੇਖ ਅੰਦਰ ਸਾਡੇ ਤੇ ਮੇਰੇ ਤੋਂ ਸਮਾਨ ਦੇ ਅੰਦਰ ਪੇਟੀਆਂ ਥੱਲੇ ਹੀ ਵੜ ਗਿਆ ਪਾਣੀ, ਬਿੱਡਾਂ ਥੱਲੇ ਵੀ। ਹੁਣ ਮੈਂ ਕਿਵੇਂ ਵਕਤਾਂ ਨਾਲ ਕੱਢਾਂ? ਅੱਗੋਂ ਪਿੱਛੋਂ ਵੀ ਮੀਂਹਾਂ ਦਾ ਵੀ ਆ, ਇੱਥੇ ਜ਼ਿਆਦਾ ਮੀਂਹਾਂ ਦਾ ਅੰਦਰ ਆ ਗਿਆ ਜ਼ਿਆਦਾ, ਅੱਗੇ ਇੱਥੇ ਆ ਜਾਂਦਾ ਤੇ ਇੱਥੋਂ ਕੱਢੀ ਦਾ ਅੰਦਰੋਂ। ਕੀ ਮੰਗ ਕਰਦੇ ਸਰਕਾਰ ਕੋਲ? ਬਹੁਤ ਦੁਖੀ ਅਸੀਂ ਤਾਂ ਇਹ ਕੰਮ ਚੋਂ। ਸਰਕਾਰ ਕੋਲ ਕੀ ਮੰਗ ਕਰਦੇ ਮਾਤਾ? ਅਸੀਂ ਸਰਕਾਰ ਨੂੰ ਇਹੀ ਆਣਿਆ, ਸਾਡਾ ਵੀ ਮਕਸਦ ਕਰੋ ਵੀ ਵੋਟਾਂ ਪਾਈ ਦੀਆਂ ਤੁਹਾਨੂੰ, ਸਾਡੀ ਕਿਉਂ ਨੀ ਜੇ ਕਰ ਸੁਣਾਈ ਕਰਦੇ, ਪੁੱਛ ਦੇ ਸਾਨੂੰ। ਸਾਨੂੰ ਵੇਖੋ ਜਿਵੇਂ ਮਾਮੂਲੀ ਜਿਹਾ ਮੀਂਹ ਪਿਆ ਤੇ ਸਾਡਾ ਕਿੱਡਾ ਮੰਦਾ ਹਾਲ ਹੋ ਗਿਆ। ਤਕਰੀਬਨ 9 ਨੰਬਰ ਵਾਰਡ ਦੀਆਂ ਜਿੰਨੀਆਂ ਗਲੀਆਂ ਹੈਗੀਆਂ ਸਾਰੀਆਂ ਫੁੱਲ ਹੋ ਗਈਆਂ ਪਾਣੀ ਨਾਲ। ਆਹ ਸਾਡਾ ਤਕਰੀਬਨ ਜਿਹੜਾ ਮਹੱਲਾ ਸਾਰਾ ਗਰੀਬ ਤਬਕਾ ਜੀ, ਮਿਹਨਤ ਮਜ਼ਦੂਰੀ ਕਰਨ ਵਾਲੇ ਜੀ, ਸਾਰਿਆਂ ਦੇ ਘਰਾਂ 'ਚ ਪਾਣੀ ਵੜ ਗਿਆ। ਦੱਸੋ ਆਹ ਗਰੀਬ ਲੋਕ ਕਿੱਧਰ ਜਾਣਗੇ? ਕੋਈ ਸੁਣਵਾਈ ਨਹੀਂ ਹੈਗੀ, ਕੋਈ ਇੱਥੇ ਸੀਵਰੇਜ ਸਾਡਾ ਬੰਦ ਪਿਆ, ਉਹ ਅਸੀਂ ਜਾਂਦੇ ਹਾਂ, ਉਹ ਸਾਨੂੰ ਉਂਗਲਾਂ 'ਤੇ ਟਪਾਉਂਦੇ ਨੇ, ਕੋਈ ਸਾਡੀ ਗੱਲ ਸੁਣ ਤਾਂ ਰਾਜ਼ੀ ਨਹੀਂ ਹੈਗਾ ਜੀ। ਜੇ MLA ਸਾਹਿਬ ਕੋਲ ਗਏ ਹਾਂ, MLB ਦੀ ਗੱਲ ਸੁਣਦਾ, ਕਰਾਂਗੇ ਜੀ, ਕਤਰਾਂਗੇ ਜੀ, ਆਵਾਂਗੇ ਜੀ, ਜਾਵਾਂਗੇ ਜੀ, ਉਹ ਵੀ ਲਾਰਾ ਲੱਪਾ ਲਾਈ ਜਾਂਦਾ। ਵੋਟਾਂ ਲੈਣ ਵੇਰਾ ਇਸ ਮਹੱਲੇ ਨੇ ਸਭ ਤੋਂ ਜ਼ਿਆਦੀਆਂ ਵੋਟਾਂ ਪਾਈਆਂ ਜੀ ਝਾੜੂ ਵਾਲਿਆਂ ਨੂੰ, ਕਿਉਂ ਝਾੜੂ ਵਾਲਾ ਇੱਥੇ ਬੰਦਾ ਹੀ ਕੋਈ ਨਹੀਂ ਲੱਭਦਾ ਜੀ ਸਾਨੂੰ। ਮੰਗ ਕਰਦੇ ਸਰਕਾਰ ਨੂੰ ਕਿ ਆਹ ਮਸਲਾ ਹੱਲ ਛੇਤੀ ਤੋਂ ਛੇਤੀ ਕੀਤਾ ਜਾਵੇ, ਸੀਵਰੇਜ ਵੱਡਾ ਪਾਇਆ ਜਾਵੇ, ਜਿੰਨਾ ਚਿਰ ਸੀਵਰੇਜ 'ਚ ਨਹੀਂ ਪੈਂਦਾ ਉਨ੍ਹਾਂ ਚਿਰ ਜਿਹੜਾ ਨਾਲਾ ਚੱਲਦਾ ਮਾੜਾ ਮੋਟਾ ਇਹਦੀ ਸਫਾਈ ਕਰਾਈ ਜਾਵੇ। ਵੀਰ ਜੀ, ਆਹ ਪਾਣੀ ਸਮੱਸਿਆ, ਮੀਂਹ ਤੋਂ ਬਿਨਾਂ ਵੀ ਇੱਥੇ ਬਹੁਤ ਪਾਣੀ ਭਰਿਆ ਰਹਿੰਦਾ ਜੀ। ਇੱਕ ਤਾਂ ਇਹ ਗੁਰਦੁਆਰੇ ਜਾਣ ਵਾਲੀ ਗਲੀ ਮੇਨ ਆ, ਇੱਕ ਰੇਲਵੇ ਸਟੇਸ਼ਨ ਨੂੰ, ਦੋਵਾਂ ਜਾਣਿਆਂ ਨੂੰ ਇੱਥੋਂ ਮਤਲਬ ਕਿ ਜੋ ਜਿਨ੍ਹਾਂ ਨੇ ਤੁਰ ਕੇ ਜਾਣਾ ਹੁੰਦਾ ਬਹੁਤ ਉਹਨਾਂ ਨੂੰ ਔਖਾ ਹੁੰਦਾ ਜੀ। ਅਸੀਂ ਇਹ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਕਿ ਗਲੀਆਂ ਉੱਚੀਆਂ ਕੀਤੀਆਂ ਜਾਣ, ਮਤਲਬ ਕਿ ਕੋਰੇ ਵੱਡੇ ਪਾਏ ਜਾਣ ਅਤੇ ਗੜੀਆਂ ਨਾਲੀਆਂ ਉੱਚੀਆਂ ਵੱਡੀਆਂ ਬਣਾਈ ਜਾਣ। ਪਾਣੀ ਤਾਂ ਦੇਖੋ ਜੀ, ਸਾਡਾ ਤਾਂ ਘਰ ਲੰਘਣ ਤੋਂ ਵੀ ਅਸੀਂ ਔਖੇ ਹੋਏ ਖੜੇ ਹਾਂ। ਇਹ ਸੰਨ 90 ਦੇ ਵਿੱਚ ਮੈਂ ਮਕਾਨ ਬਣਾਏ ਹਾਂ, ਤਾਂ ਮੈਂ ਉਦੋਂ ਦਾ ਹੀ ਇਹ ਦੇਖਦਾ ਹਾਂ ਵੀ ਇੱਥੇ ਇਹਦਾ ਇਸ ਮੁਹੱਲੇ ਦਾ ਵਿਕਾਸ ਹੋਇਆ ਹੀ ਨਹੀਂ। ਅਤੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਅਸੀਂ ਬਾਹਰਲੇ ਮੁਲਕ ਤੋਂ ਮੁਰੇ ਸੱਦਣੇ ਹਾਂ, ਅਤੇ ਇਹੀ ਹਾਲ ਆ, ਮੈਂ ਇਸ ਤੋਂ ਕਿਸੇ ਨੇ ਰਹਿਣਾ ਹੀ ਨੀਗਾ। ਅਤੇ ਇਹਦਾ ਇੱਥੋਂ ਵਾਲੇ ਨਹੀਂ ਰਹਿਣੇ ਪੱਕੇ, ਇਹਦੇ ਇਹਦੇ 'ਤੇ ਸ਼ੱਕ ਵਾਲੀ ਗੱਲ ਹੀ ਕੋਈ ਨਹੀਂ। ਸ਼ੁਭ ਨਾਮ ਜੀ? ਸਰ ਮੇਰਾ ਨਾਮ ਗੁਰਵਿੰਦਰ ਸਿੰਘ, ਮੈਂ ਮੈਨੇਜਰ ਪੰਜਾਬ ਪ੍ਰਸਿੰਧ ਬੈਂਕ ਇੱਥੇ।
ਸਰ ਕੀ ਕਹਿਣਾ ਚਾਹੁੰਦੇ ਤੁਸੀਂ? ਸਰ ਇਹ ਕਹਿਣਾ ਚਾਹੁੰਦੇ ਹਾਂ ਕਿ ਲਾਸਟ 30-40 ਦਿਨ ਤੋਂ ਨਾ ਅੱਗੇ ਸੀਵਰੇਜ ਬਲੋਕ ਕੇ ਜਿਵੇਂ ਅਤੇ ਸਾਡੇ ਸਾਹਮਣੇ ਦੇਖੋ ਕਿੰਨਾ ਗੰਦ ਪਿਆ ਇੱਧਰ, ਨਾ ਤਾਂ ਅੰਦਰ ਕੋਈ ਆ ਜਾ ਪਾ ਰਿਹਾ ਅਤੇ ਨਾ ਬਾਹਰ ਆ ਪਾ ਰਿਹਾ। ਇੱਥੇ ਬੈਂਕ ਵਿੱਚ ਡੇਲੀ 150 ਤੋਂ 200 ਕਸਟਮਰ ਨੇ ਆਉਣਾ ਜਾਣਾ ਹੁੰਦਾ, ਜਿਹਦੇ ਵਿੱਚ ਬਜ਼ੁਰਗ ਵੀ ਨੇ, ਲੇਡੀਜ਼ ਵੀ ਨੇ, ਬੱਚੇ ਵੀ ਨੇ, ਇੱਕ ਦੋ ਵਾਰ ਪਿੱਛੇ ਬਜ਼ੁਰਗ ਇਹਦੇ ਵੀ ਗਏ ਨੇ, ਸੱਟ ਵੀ ਲੱਗੀ ਉਹਨਾਂ ਦੇ। ਪਾਣੀ ਭਰਾ ਹੋਣ ਕਰਕੇ ਸੜਕ 'ਤੇ ਵੀ ਆਵਾਜਾਈ ਵੀ ਮਤਲਬ ਦਿੱਕਤ ਆ ਰਹੀ ਹੈ, ਇੱਕ ਦੋ ਇੱਥੇ ਐਕਸੀਡੈਂਟ ਵੀ ਹੋ ਚੁੱਕੇ ਨੇ ਪਾਣੀ ਕਰਕੇ, ਪਰ ਕੋਈ ਸੁਣਵਾਈ ਨਹੀਂ। ਅਸੀਂ ਬਹੁਤ ਵਾਰੀ ਜਾ ਕੇ ਆ ਗਏ ਹਾਂ, ਬਿਲਕੁਲ ਵੀ ਸੁਣਵਾਈ ਨਹੀਂ ਕੀਤੀ।